हेलो स्टूडेंट्स इन दिस लेक्चर वी विल डिस्कस अबाउट टाइम सीरीज टाइम सीरीज़ की होंगी है द डाटा अरेंज्ड क्रोनोलॉजिकली दैट मीनस के जो साज़ के न रिलेटिड डाटा टाइम दे अकॉर्डिंग अरेज किया गया हो टाइम सीरीज बोलते हैं सो इतें असी इनू मैथमेटिकली भी देख सकते हैं कि असं लिखते हाँ वाई इज इक्वल्स टू फंक्शन ऑफ टी वेयर वाई इज़ द वैल्यू ऑफ बेरीएबल एट टाइम टी सपोज असी वीट द प्रोडक्शन की गल की असी लास्ट टैन ईयरसट्री कि वीट प्रोडक्शन हुई है वनूर वाइज डाटा असी लिखा तो उन्होंने अंक बोलों टाइम सीरीज बिकॉज डाटा जोड़ा वनूँ क्रोनोलॉजीकली टाइम द अकोर्डिंग लिखा है सो टाइम सीरीज का मतलब ही की हो गया कि वैन डाटा अरेन्ज ਕ੍ਰੋਨੋਲੋਜੀਕਲੀ ਥੈਟ ਮੀਨਸ ਕਿ ਇੱਕ ਕ੍ਰੋਨੋਲੋਜੀ ਹੈ ਟਾਈਮ ਪੀਰੀਅਡ ਦੇ ਅਕੋਰਡਿੰਗ ਉਹਦੇ ਵਿੱਚ ਸਾਨੂੰ ਜਿਹੜਾ ਡਾਟਾ ਅਰੇਂਜ ਕਰਕੇ ਦਿੱਤਾ ਗਿਆ ਸੋ ਟਾਈਮ ਸੀਰੀਜ਼ ਦੀਆਂ ਕੁਝ ਬੇਸਿਕ ਰਿਕੁਆਇਰਮੈਂਟਸ ਹੁੰਦੀਆਂ ਆ ਟਾਈਮ ਸੀਰੀਜ਼ ਬਣਾਉਣ ਦੇ ਵਕਤ ਅਗਰ ਅਸੀਂ ਡਾਟਾ ਨੂੰ ਜਿਹੜਾ ਟਾਈਮ ਪੀਰੀਅਡ ਦੇ ਅਕੋਰਡਿੰਗ ਅਰੇਂਜ ਕਰਨਾ ਆ ਤੇ ਫਰਸਟ ਆਫ ਆਲ ਡਾਟਾ ਜਿਹੜਾ ਹੋਮੋਜੀਨੀਅਸ ਹੋਣਾ ਚਾਹੀਦਾ ਹੋਮੋਜੀਨੀਅਸ ਡਾਟਾ ਦਾ ਮਤਲਬ ਕੀ ਆ ਕਿ ਡਾਟਾ ਦਾ ਜਿਹੜਾ ਕੈਰੈਕਟਰ ਹੈਗਾ ਇਹ ਵੈਲਿਊਜ਼ ਹੈਗੀਆਂ ਉਹ ਸੇਮ ਹੋਣ ਸਪੋਜ਼ ਜਿੱਦਾਂ ਮੈਂ ਪ੍ਰੋਡਕਸ਼ਨ ਦੀ ਐਗਜ਼ੈਂਪਲ ਲਈ ਆ ਸਪੋਜ਼ ਅਸੀਂ ਮੀਟ੍ਰਿਕ ਟਨਸ ਦੇ ਵਿੱਚ ਪ੍ਰੋਡਕਸ਼ਨ ਲਈ ਆ ਸਾਰੇ ਦਾ ਸਾਰਾ ਡਾਟਾ ਮੀਟ੍ਰਿਕ ਜਿਹੜਾ ਟਨਸ ਦੇ ਵਿੱਚ ਹੋਵੇ ਹਰੇਕ ਈਅਰ ਦੇ ਲਈ ਅਸੀਂ ਸਿਰਫ ਵੀਟ ਦੀ ਹੀ ਪ੍ਰੋਡਕਸ਼ਨ ਦੀ ਗੱਲ ਕਰ ਰਹੇ ਆ ਯਾਨੀ ਕਿ 5 ਸਾਲ ਲਈ ਵੀਟ ਦੀ ਪ੍ਰੋਡਕਸ਼ਨ ਲੈ ਲਈ ਵਿੱਚ ਕੋਈ ਇੱਕ ਦੋ ਸਾਲ ਅਸੀਂ ਕਿਸੇ ਹੋਰ ਕ੍ਰੋਪ ਦੀ ਲੈ ਲਈ ਦੈਨ ਅਸੀਂ ਪ੍ਰੋਡਕਸ਼ਨ ਫੇਰ ਵੀਟ ਦੀ ਲੈ ਲਈ ਤੋ ਸਿਮਿਲਰ ਹੋਣਾ ਚਾਹੀਦਾ ਫੀਨੋਮਨਨ ਜਿਹੜਾ ਵੀ ਆ ਉਹ ਵਰਦੀ ইয়ারਸ ਅਸੀਂ ਸੇਮ ਚੀਜ਼ ਦੇ ਪ੍ਰੋਡਕਸ਼ਨ ਦੀ ਗੱਲ ਕਰ ਰਹੇ ਹਾਂ ਔਰ ਉਹਨੂੰ ਮੈਜ਼ਰ ਕਰਨ ਦੇ ਲਈ ਜਿਹੜੀ ਅਸੀਂ ਯੂਜ਼ ਕਰ ਰਹੇ ਹਾਂ ਮੈਜ਼ਰ ਉਹ ਵੀ ਸੇਮ ਹੈ सो होमोजैनिटी ऑफ डाटा होना चाहिए लोंग पीरीयड के लिए असं टाइम सीरीज़ बनाने दैट मीनस के डाटा जोड़ा बिल्कुल फ्रीकुंट ज बहुत छोटे छोटे टाइम पीरीयस नहीं असी यूज कर देते डेली का या कुछ आवरली डाटा लै लिया या डेज़ का डाटा लै लिया आम तौर पर टाइम पीरीयड असी ये लोंग ई ईयरली डाटा हो गया सीजनल हो गया ठीक है तो इस तरह जटरली डाटा आ जाए या सिक्स मंथली डाटा आ जाता ਸੋ ਲੌਂਗ ਟਾਈਮ ਪੀਰੀਅਡ ਜਿਹੜੇ ਹੈ ਟਾਈਮ ਸੀਰੀਜ਼ ਦੇ ਵਿੱਚ ਲੈ ਜਾਂਦੇ ਆ ਟਾਈਮ ਗੈਪs ਇਕੁਅਲ ਹੋਣੇ ਚਾਹੀਦੇ ਜਿਸ ਤਰ੍ਹਾਂ ਮੈਂ ਐਗਜ਼ੈਂਪਲ ਵੇਟ ਦੀ ਲੈ ਰਹੀ ਹਾਂ ਕਿ 10 ਇਅਰਸ ਦੀ ਪ੍ਰੋਡਕਸ਼ਨ ਦੀ ਗੱਲ ਕੀਤੀ ਤੇ 10 ਇਅਰਸ ਦਾ ਹੀ ਡਾਟਾ ਸਾਡੇ ਕੋਲ ਕ੍ਰੋਨੋਲੋਜੀਕਲੀ ਹੋਣਾ ਚਾਹੀਦਾ ਆ ਔਰ ਟਾਈਮ ਪੀਰੀਅਡ ਜਿਹੜੇ ਐਨਿਊਅਲੀ ਅਸੀਂ ਇੱਥੇ ਅਗਰ ਗੱਲ ਕਰ ਰਹੇ ਹਾਂ ਤਾਂ ਸਾਰੀ ਦਾ ਸਾਰਾ ਟਾਈਮ ਪੀਰੀਅਡ ਐਨਿਊਅਲੀ ਹੋਣਾ ਚਾਹੀਦਾ ਅਗਰ ਅਸੀਂ ਕੁਆਰਟਰਲੀ ਡਾਟਾ ਲੈ ਰਹੇ ਹਾਂ ਤੇ ਸਾਰੀ ਦਾ ਸਾਰਾ ਡਾਟਾ ਸਾਡੇ ਕੋਲ ਕੁਆਰਟਰਲੀ ਹੋਣਾ ਚਾਹੀਦਾ ਤਾਂ ਟਾਈਮ ਗੈਪਸ ਇਕੁਅਲ ਹੋਣੇ ਚਾਹੀਦੇ ਐਪਲੀਕੇਸ਼ਨ ਆਫ ਇੰਟਰਪੋਲੇਸ਼ਨ ਇਹਦਾ ਮਤਲਬ ਕੀ ਹੈ ਕਿ ਇਨ ਕੇਸ ਸਪੋਜ਼ ਸਾਰੇ ইয়ারਸ ਦਾ ਵਿੱਚ ਡਾਟਾ ਹੈਗਾ ਕਿਤੇ ਇੱਕ ਦਾ ਮਿਸਿੰਗ ਆ ਤਾਂ ਉਹਦੇ ਲਈ ਅਸੀਂ ਵੈਲਿਊ ਨੂੰ ਬਾਕੀ ইয়ারਸ ਦੀ ਜਿਹੜਾ ਡਾਟਾ ਹੈ ਉਹਦੇ ਬੇਸਿਸ ਤੇ ਇੰਟਰਪਲੇਟ ਕਰਨਾ ਮਤਲਬ ਕਿ ਅਸੀਂ ਇੱਕ ਜਿਹੜਾ ਆਪਣੇ ਕੋਲੋਂ ਇੱਕ ਪ੍ਰੋਬੇਬਲ ਵੈਲਿਊ ਜਿਹੜੀ ਆ ਉਹਦੀ ਅਸੀਂ ਲਿਖਣੀ ਆ ਤਾਂ ਇੱਥੇ ਜਿਹੜਾ ਇੰਟਰਪਲੇਸ਼ਨ ਕਰਨੀ ਪੈਗੀ ਤਾਂ ਹੀ ਜਿਹੜਾ ਟਾਈਮ ਗੈਪ ਸੀ ਕੁਲ ਰੈਪ ਹੋਣਗੇ ਆਰ ਜਿਹੜਾ ਡਾਟਾ ਦੀ ਹੋਮੋਜੇਨਿਟੀ ਆ ਉਹਦੇ ਵਿੱਚ ਜਿਹੜਾ ਸਾਰਾ ਇਹ ਇੱਕ ਸਹੀ ਪੈਟਰਨ ਮਿਲੇਗਾ ਤਾਂ ਇਹ ਕੁਝ ਕੰਡੀਸ਼ਨਸ ਹੈਗੀਆਂ ਜਿਹਦੇ ਨਾਲ ਕੇ ਟਾਈਮ ਸੀਰੀਜ਼ ਬਣਾਈ ਜਾਂਦੀ ਹੈ ਔਰ ਟਾਈਮ ਸੀਰੀਜ਼ ਨੂੰ ਨਾਨ ਬਿਲੀ ਇਫੈਕਟਰਸ ਕਨਸੀਡਰ ਕੀਤੇ ਜਾਂਦੇ ਆ ਹੁਣ ਅਸੀਂ ਦੇਖਦੇ ਆ ਕਿ ਟਾਈਮ ਸੀਰੀਜ਼ ਦੇ ਕਿਹੜੇ-ਕਿਹੜੇ ਕੰਪੋਨੈਂਟਸ ਆ ਜਾਂ ਟਾਈਮ ਸੀਰੀਜ਼ ਦੀਆਂ ਜਿਹਨੂੰ ਅਸੀਂ ਟਾਈਪਸ ਕਹਿ ਸਕਦੇ ਆ ਕਿ ਕਿਸ-ਕਿਸ ਟਾਈਪ ਦੀ ਟਾਈਮ ਸੀਰੀਜ਼ ਹੁੰਦੀ ਆ ਤੋ ਇੱਥੇ ਦੇਖ ਸਕਦੇ ਆ ਕਿ ਚਾਰ ਤਰ੍ਹਾਂ ਦੇ ਟ੍ਰੈਂਡਸ ਸਾਨੂੰ ਟਾਈਮ ਸੀਰੀਜ਼ ਦੇ ਵਿੱਚ ਦੇਖਣ ਨੂੰ ਮਿਲਦੇ ਆ ਨੈਮਲੀ ਸੈਕੂਲਰ ਟ੍ਰੈਂਡ ਔਰ ਲੌਂਗ ਟ੍ਰੈਂਡ ਸੀਜ਼ਨਲ ਵੇਰੀਏਸ਼ਨ ਸਾਈਕਲਿਕਲ ਵੇਰੀਏਸ਼ਨ ਐਂਡ ਇਰੈਗੂਲਰ ਔਰ ਇਰੈਟਿਕ variation's ਹੁਣ ਸੈਕੂਲਰ ਟ੍ਰੈਂਡ ਕੀ ਹੁੰਦਾ ਹੈ ਸੈਕੂਲਰ ਵਰਡ ਦਾ ਇੱਥੇ ਮਤਲਬ ਕੀ ਬੰਦਾ ਲੌਂਗ ਟਰਮ ਦੇ ਵਿੱਚ ਜਦੋਂ ਓਵਰ ਅ ਲੌਂਗ ਪੀਰੀਅਡ ਆਫ ਟਾਈਮ ਕਿਸੇ ਵੀ ਡਾਟਾ ਦੇ ਵਿੱਚ ਅਸੀਂ ਇੱਕ ਗ੍ਰੈਜੂਅਲ ਗ੍ਰੋਥ ਜਾਂ ਗ੍ਰੈਜੂਅਲ ਜਿਹੜਾ ਡਿਕਰੀਸ ਦੇਖਦੇ ਹਾਂ ਤਾਂ ਉਹਨੂੰ ਅਸੀਂ ਬੋਲਦੇ ਹਾਂ ਸੈਕੂਲਰ ਟ੍ਰੈਂਡ ਸਪੋਜ਼ ਅਸੀਂ 10 ইয়ারਸ ਦਾ ਡਾਟਾ ਲਿਆ ਜਿਸ ਤਰ੍ਹਾਂ ਅਸੀਂ ਪ੍ਰੋਡਕਸ਼ਨ ਵੀਡ ਦੀ ਪ੍ਰੋਡਕਸ਼ਨ ਦੀ ਹੀ ਗੱਲ ਕੀਤੀ ਇਹਨੂੰ ਅਗਰ ਅਸੀਂ ਗ੍ਰਾਫਿਕਲੀ ਸਮਝਣ ਦੀ ਗੱਲ ਕਰੀਏ ਸੈਕੂਲਰ ਟ੍ਰੈਂਡ ਨੂੰ ਤੇ ਅਸੀਂ ਟ੍ਰੈਂਡ ਸਪੋਜ਼ ਦੇਖਿਆ ਇੱਥੇ ਸਾਡੇ ਕੋਲ ਟਾਈਮ ਆ ਇੱਥੇ ਪ੍ਰੋਡਕਸ਼ਨ ਆਫ ਵੀਟ ਆ 10 ਇਅਰਸ ਦੇ ਵਿੱਚ ਜਿਹੜੀ ਵੀਟ ਦੀ ਪ੍ਰੋਡਕਸ਼ਨ ਆ ਉਹਦਾ ਗ੍ਰਾਫ ਲਗਾਤਾਰ ਉੱਪਰ ਜਾ ਰਿਹਾ ਕਿ ਉਹ ਪ੍ਰੋਡਕਸ਼ਨ ਜਿਹੜੀ ਆ ਉਹ ਹੌਲੀ 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 ਹਰੇਕ ਈਅਰ ਜਿਹੜੀ ਆ ਉਹ ਇਨਕਰੀਸ ਹੋ ਰਹੀ ਆ ਸਾਡੇ ਕੋਲ ਗ੍ਰਾਫ ਉੱਪਰ ਦੀ ਤਰਫ ਜਾ ਰਿਹਾ ਇਸੇ ਤਰ੍ਹਾਂ ਹੋ ਸਕਦਾ ਆ ਕਿ ਇਹ ਪ੍ਰੋਡਕਸ਼ਨ ਜਿਹੜੀ ਆ ਉਹ ਡਿਕਰੀਜ਼ਿੰਗ ਟ੍ਰੈਂਡ ਸ਼ੋਅ ਕਰੇ ਕਿ ਹੌਲੀ 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 टाइम जिक्रीज आ रहा तो टाइम पीरियड एक लोंग टाइम पीरियड और दूजा चीज़ ग्रैजुअल इनक्रीज़ एंड ग्रैजुअल डिक्रीज़ ये दो मेन चीज़ा ये आ जाएँ हैं लोंग टर्म वेरीएशन या सैकुलर ट्रेंड के ट्रेंड आज दो तरह का हो सकता या तो लीनियर हो सा नॉन लीनियर हूँ लीनीयर एंड नॉन लीनयर ट्रेंड का की मतलब हों जिस तरह मैं इत सकते हो कि दो ग्राफ ल हूँ इन ग्राफ्स के को कोई शेप पैराबोला बन रही है पैराबोला का मतलब की है दीज टू करवस आर नॉट स्ट्रेट लाइनस यववर्ड तो जा रही है लेकिन एक स्ट्रेट लाइन नहीं है जिस तरह इत अगर स्ट्रेट करव की इग्जैम्पल लवान तो वो इदा हो सकती है ये अपवर्ड आट्रेट लाइन डाउनवर्ड आगजैक्टली एक स्ट्रेट अपवर्ड लाइन एंड डाउनलाइ डाउनवर्ड करव बन रही है इनू असी बोलते हाँ linear curves ایتھے ਆ ਜਿਹੜੀਆਂ ਕਰਵਸ ਸਾਡੇ ਕੋਲ ਲੀਨੀਅਰ ਨਹੀਂ ਆ ਸਿੱਧੀ ਲਾਈਨ ਨਹੀਂ ਆ ਲੇਕਿਨ ਕੁਛ ਸ਼ੇਪ ਇਹਦੀ ਹੋਰ ਆ ਇਹਨੂੰ ਅਸੀਂ ਪੈਰਾਬੋਲਾ ਬੋਲਦੇ ਆ ਤੋ that means ਇਹਦਾ ਡਿਫਰੈਂਸ ਕੀ ਆ ਕਿ ਚੇਂਜ ਤਾਂ ਆ ਰਿਹਾ ਦੇਖੋ ਇੱਥੇ ਵੀ ਗ੍ਰਾਫ ਅਪਵਰਡ ਜਾ ਰਿਹਾ ਇੱਥੇ ਵੀ ਗ੍ਰਾਫ ਅਪਵਰਡ ਜਾ ਰਿਹਾ ਲੇਕਿਨ ਇਹ ਚੇਂਜ ਕੀ ਆ ਲੀਨੀਅਰ ਆ that means ਕਿ ਇੱਕ कॉन्सटेंट रेट के नाल इनक्रीज़ आ रहा कॉन्सटेंट रेट के नपोज़ हर साल प्रोडक्शन ऑफ वीट टू परसेंट इनक्रज़ हो रही है हर साल टू टू परसेंट रेट ऑफ प्रोडक्शन इनक्रीज़ हो रहा तो कॉन्सटेंट रेट के नाल इनक्रीज़ हो रहा इस तरह कॉन्सटेंट रेट के नाल डिक्रीज़ हो रहा इतें चेंज तो हो रहा अगर प्रोडक्शन हर साल इनक्रीज हो रही है लेकिन कॉन्सटेंट रेट के नेंज नहीं हो रही है. हो सकता किसी साल प्रोडक्शन देख इनक्रीज़ वन परसेंट होया दूसरे साल 2% प्रोडक्शन ਇਨਕਰੀਸ ਹੋ ਗਈ ਪਿਛਲੇ ਸਾਲ ਦੇ ਮੁਕਾਬਲੇ ਉਸ ਤੋਂ ਅਗਲੇ ਸਾਲ ਹੋ ਸਕਦਾ 3% ਹੋਰੀ ਆ ਉਸ ਤੋਂ ਨੈਕਸਟ ਈਅਰ ਫਿਰ 2% ਹੋਰੀ 댓 ਮੀਨਸ ਕਿ ਚੇਂਜ ਆਫ ਰੇਟ ਆਫ ਚੇਂਜ ਇਜ਼ ਡਿਫਰੈਂਟ ਤੋਂ ਇਦਾਂ ਦੇ ਕੇਸ ਦੇ ਵਿੱਚ ਤੁਹਾਡੇ ਕੋਲ ਇੱਕ ਸਟ੍ਰੇਟ ਕਰਵ ਨਹੀਂ ਬਣੇਗੀ ਅਪਵਰਡ ਜਾਂ ਡਾਊਨਵਰਡ ਉਹ ਇੱਕ ਸ਼ੇਪ ਲਏਗੀ ਸੋ ਇਹਨੂੰ ਇਸ ਸ਼ੇਪ ਨੂੰ ਅਸੀਂ ਕੀ ਬੋਲਦੇ ਆ ਪੈਰਾਬੋਲਾ ਤੋਂ ਜਦੋਂ ਇਦਾਂ ਦੀ ਨਾਨ ਲੀਨੀਅਰ ਕਰਵ ਬਣੇ ਸਾਡੇ ਕੋਲ ਤੇ ਇਹਨੂੰ ਅਸੀਂ ਨੋਨ ਲੀਨੀਅਰ ਟਰੈਂਡ ਬੋਲਦੇ ਹਾਂ ਇਹ ਸਾਡੇ ਕੋਲ ਨਾਨ ਲੀਨੀਅਰ ਟ੍ਰੈਂਡ ਹੈਗਾ। ਤੋਂ ਇਸ ਸੈਕੂਲਰ ਟ੍ਰੈਂਡ ਦੇ ਵਿੱਚ ਦੋਨੋਂ ਤਰ੍ਹਾਂ ਦੇ ਟ੍ਰੈਂਡਸ ਹੋ ਸਕਦੇ ਆ। ਅਗਰ ਕਨਸਟੈਂਟ ਰੇਟ ਦੇ ਨਾਲ ਚੇਂਜ ਆ ਰਿਹਾ ਆ ਤੇ ਕਨਸਟੈਂਟ ਲੀਨੀਅਰ ਟ੍ਰੈਂਡ ਹੋ ਗਿਆ। ਅਗਰ ਸਾਡੇ ਕੋਲ ਅਲੱਗ-ਅਲੱਗ ਗ੍ਰੇਡਸ ਦੇ ਨਾਲ ਚੇਂਜ ਆ ਰਿਹਾ ਤਾਂ ਥੈਟ ਵਿਲ ਬੀ ਨਾਨ ਲੀਨੀਅਰ ਟ੍ਰੈਂਡ। ਇਸੇ ਤਰ੍ਹਾਂ ਸੀਜ਼ਨਲ ਵੇਰੀਏਸ਼ਨਸ ਆ। ਹੁਣ ਅਗਰ ਸੀਜ਼ਨਲ ਵੇਰੀਏਸ਼ਨਸ ਦੀ ਗੱਲ ਕਰੀਏ ਤਾਂ ਸੀਜ਼ਨ ਨਾਮ ਤੋਂ ਈ ਕਲੀਅਰ ਹੋ ਜਾਂਦਾ ਕਿ ਸੀਜ਼ਨਸ ਵਾਈਜ਼ ਅਸੀਂ ਅਗਰ ਦੇਖੀਏ ਜਿੱਦਾਂ ਹੁਣ ਅਲੱਗ-ਅਲੱਗ ਸੀਜ਼ਨਸ ਦੇ ਵਿੱਚ ਕਈ ਵਾਰ ਕਿਸੇ ਚੀਜ਼ ਦੀ ਪ੍ਰੋਡਕਸ਼ਨ ਵੱਜ ਜਾਂਦੀ ਆ ਸਪਲਾਈ ਵੱਜ ਜਾਂਦੀ ਆ ਜਿੱਦਾਂ ਇੱਥੇ ਸੀ ਇੱਕ ਐਗਜ਼ਾਮਪਲ ਲੈ ਸਕਦੇ ਆ ਆਈਸਕ੍ਰੀਮ ਐਂਡ ਕੋਲਡ ਡਰਿੰਕ ਦੀ ਵੈਸੇ ਤੇ ਸਾਰਾ ਸਾਲ ਹੀ ਕੋਲਡ ਡਰਿੰਕਸ ਐਂਡ ਆਈਸਕ੍ਰੀਮ ਦੀ ਡਿਮਾਂਡ ਰਹਿੰਦੀ ਆ ਲੇਕਿਨ ਗਰਮੀ ਦੇ ਮੌਸਮ ਦੇ ਵਿੱਚ ਆਈਸਕ੍ਰੀਮ ਐਂਡ ਜਿਹੜੀ ਕੋਲਡ ਡਰਿੰਕਸ ਦੀ ਡਿਮਾਂਡ ਆ ਉਹ ਬਾਕੀ ਸੀਜ਼ਨਸ ਦੇ ਨਾਲੋਂ ਬਹੁਤ ਜ਼ਿਆਦਾ ਹੋ ਜਾਂਦੀ ਆ। ਤੋਂ ਉੱਥੇ ਅਸੀਂ ਇਹਨੂੰ ਸੀਜ਼ਨਲ ਵੇਰੀਏਸ਼ਨ ਨੂੰ ਚੈੱਕ ਕਰਨ ਦੇ ਲਈ ਕੁਆਟਰਲੀ ਡਾਟਾ ਲੈ ਸਕਦੇ ਆ ਜਾਂ ਮੰਥਲੀ ਡਾਟਾ ਲੈ ਸਕਦੇ ਆ ਜਾਂ ਹਾਫ ਇਅਰਲੀ ਡਾਟਾ ਲੈ ਸਕਦੇ ਆ। ਤੋਂ ਇਸ ਤਰ੍ਹਾਂ ਸੀਜ਼ਨਲ ਡਾਟਾ ਜਿਹੜਾ ਹੋ ਸਕਦਾ ਆ। ਹੁਣ ਸਰਦੀ ਦਾ ਮੌਸਮ ਆ ਰਿਹਾ ਤਾਂ ਹੋ ਸਕਦਾ ਕਿ ਸਰਦੀ ਦੇ ਮੌਸਮ ਦੇ ਵਿੱਚ ਜਿਹੜਾ ਅਸੀਂ ਦੇਖਦੇ ਆ ਜਿਹੜੀ ਵੂਲਨ ਕਲੋਥਸ ਦੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਵਧ ਜਾਂਦੀ ਹੈ ਤੋ ਇੱਕ ਸੀਜ਼ਨਲ ਚੇਂਜ ਆ ਇਸ ਤਰ੍ਹਾਂ ਸੀਜ਼ਨਲ ਵੇਰੀਏਸ਼ਨਸ ਦਾ ਮਤਲਬ ਜਦੋਂ ਕਿਸੇ ਪਾਰਟਿਕੂਲਰ ਸੀਜ਼ਨਸ ਦੇ ਵਿੱਚ ਕੁਝ ਕਾਰਨਾ ਕਰਕੇ ਜਿਹੜੇ ਆ ਉਹ ਟ੍ਰੈਂਡ ਆਉਂਦੇ ਆ ਤੋ ਸਾਈਕਲਿਕ ਵੇਰੀਏਸ਼ਨਸ ਇਹਦਾ ਮਤਲਬ ਹੈ ਕਿ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਬਾਅਦ ਉਹ ਇੱਕ ਸਾਈਕਲ ਰਿਪੀਟ ਹੋ ਰਿਹਾ ਇਕਨੋਮੀ ਦੇ ਵਿੱਚ ਕਿ ਕਦੇ ਜਿਸ ਤਰ੍ਹਾਂ ਪਹਿਲੇ ਵੀ ਤੁਸੀਂ ਪੜ੍ਹਿਆ ਹੀ ਹੋਣਾ ਇਹ ਚੀਜ਼ ਕਿ ਚਾਰ ਸਾਈਕਲਸ ਅਸੀਂ ਪੜ੍ਹਦੇ ਹਾਂ ਜਿਨ੍ਹਾਂ ਨੂੰ ਬਿਜ਼ਨਸ ਸਾਈਕਲਸ ਵੀ ਕਹਿੰਦੇ ਆ ਟਰੇਡ ਸਾਈਕਲ ਵੀ ਕਹਿੰਦੇ ਆ ਕਿ ਪਹਿਲੇ ਇਕਨੋਮੀ ਵਿੱਚ ਪ੍ਰੋਸਪਰਿਟੀ ਆ ਜਾਂ ਬੂਮ ਦੀ ਸਿਚੁਏਸ਼ਨ ਆ ਫਿਰ ਕੁਝ ਫੈਕਟਰਸ ਦੇ ਕਰਕੇ ਰੀਸੈਸ਼ਨ ਹੋਣਾ ਸ਼ੁਰੂ ਹੋ ਗਿਆ ਉਹ ਰੀਸੈਸ਼ਨ ਹੌਲੀ-ਹੌਲੀ ਬਿਲਕੁਲ ਜਦੋਂ ਆਪਣੇ ਇਕਨੋਮੀ ਲੋ ਲੈਵਲ ਤੇ ਚਲੇਗੀ ਡਿਪਰੈਸ਼ਨ ਆ ਗਿਆ ਫਿਰ ਡਿਪਰੈਸ਼ਨ ਤੋਂ ਬਾਅਦ ਰਿਕਵਰੀ ਸ਼ੁਰੂ ਹੁੰਦੀ ਆ ਅਨ ਰਿਕਵਰੀ ਤੋਂ ਬਾਅਦ ਅਗੇਨ ਜਿਹੜਾ ਆ ਉਹ prosperity دیوال ਜਿਹੜੀ ਐ ਇਕਨومی ਜਾਣਾ ਸ਼ੁਰੂ ਕਰ ਦਿੰਦੀ ਐ ਤੋਂ ਇਸ ਤਰ੍ਹਾਂ ਇਹ ਜਿਹੜਾ ਇੱਕ ਲੌਂਗ ਪੀਰੀਅਡ ਦੇ ਵਿੱਚ ਇਹ ਸਾਈਕਲ ਇਕਨومی ਦੇ ਵਿੱਚ ਆ ਸਕਦੇ ਆ ਉਦੋਂ ਅਸੀਂ ਇਹਨੂੰ ਕਹਿੰਦੇ ਆ ਸਾਈਕਲਿਕ ਵੇਰੀਏਸ਼ਨ ਸਾਈਕਲਿਕ ਵੇਰੀਏਸ਼ਨ ਕੋਈ 1-2 ਸਾਲ ਤੇ 2-4 ਸਾਲ ਦੇ ਵਿੱਚ ਨਹੀਂ ਆਉਂਦੀ ਇਹਦੇ ਲਈ ਬਹੁਤ ਲੰਮਾ ਸਮਾਂ ਲੱਗਦਾ ਐ 10 ਤੋਂ 20 ইয়ার্স ਦਾ ਜਿਹੜਾ ਟਾਈਮ ਪੀਰੀਅਡ ਆ ਜਾਂ इवन ਇਤੋਂ ਵੀ ਅਵਬ ਕੋਈ ਇਕਨੋਮੀ ਐਕਸਪੀਰੀਅੰਸ ਕਰ ਸਕਦੀ ਆ ਟੂ ਫੇਸ ਸਾਈਕਲਿਕ ਵੇਰੀਏਸ਼ਨਸ ਸੋ ਇਹਨੂੰ ਅਸੀਂ ਡਾਇਗਰਾਮੈਟਿਕਲੀ ਵੀ ਦੇਖ ਲੈਣੇ ਆ ਕਿ ਸਾਈਕਲਿਕ ਵੇਰੀਏਸ਼ਨ ਜਿਹੜੀ ਆ ਉਹਨੂੰ ਅਸੀਂ डायग्रामेटिकली किस तरह लिख सकते हैं। तो इतने देख सकते हैं कि साढ़े को टाइम लाइन के उपर जपोज एकोनमी बूमते आ ਇੱਕ ਅੱਛੀ ਜਿਹੜੀ ਸਿਚੁਏਸ਼ਨ ਦੇ ਵਿੱਚ ਆ ਸਾਰੇ ਇੰਡੀਕੇਟਰ ਇਕਨੋਮਿਕ ਇੰਡੀਕੇਟਰ ਅੱਛਾ ਪਰਫਾਰਮ ਕਰ ਰਿਹਾ ਬੂਮ ਦੇ ਵਿੱਚ ਆ ਇਕਨੋਮੀ ਹੁਣ ਇਹ ਜਿਹੜੀ ਇੱਕ ਬਿਲਕੁਲ ਐਕਸਟਰਾ ਡਿਵੈਲਪਮੈਂਟ ਦੀ ਸਟੇਜ ਹੁੰਦੀ ਹੈ ਉਹ ਹਮੇਸ਼ਾ ਬਰਕਰਾਰ ਨਹੀਂ ਰਹਿ ਸਕਦੀ ਉਹਦੇ ਤੋਂ ਬਾਅਦ ਇਕਨੋਮੀ 'ਚ ਡਾਊਨਫਾਲ ਆਉਣਾ ਕੁਝ ਰੀਜਨਸ ਦੇ ਕਰਕੇ ਰੈਸੈਸ਼ਨ ਆਉਣਾ ਸ਼ੁਰੂ ਹੋ ਗਿਆ ਇਕਨੋਮੀ ਡਾਊਨਵਰਡ ਜਾਣ ਲੱਗੀ ਹੁਣ ਡਾਊਨਵਰਡ ਜਾ ਕੇ ਬਿਲਕੁਲ ਜਦੋਂ ਬਾਟਮ ਤੇ ਆ ਗਈ ਤਾਂ ਡਿਪਰੈਸ਼ਨ ਇਹਨੂੰ ਬੋਲਦੇ ਆ ਹੁਣ ਡਿਪਰੈਸ਼ਨ ਤੋਂ ਰਿਕਵਰ ਕਰਨ ਦੇ ਲਈ ਇਕਨੋਮੀ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਮੈਜਰਸ ਅਪਣਾਏ ਜਾਣਗੇ ਦੈਨ ਰਿਕਵਰੀ ਸ਼ੁਰੂ ਹੋਏਗੀ रिकवरी ਤੇ ਪਾਥ ਦੇ ਹੌਲੀ ਹੌਲੀ ਇਕਨੋਮੀ ਵਾਪਸ ਉੱਪਰ ਜਾ ਕੇ ਇੱਕ ਟਾਪ ਲੈਵਲ ਤੇ ਜਾਏਗੀ ਜਿਹਨੂੰ ਕਿ ਅਸੀਂ ਕੀ ਬੋਲਦੇ ਆ अगेन ਬੂਮ ਬੂਮ ਤੋਂ ਫਿਰ ਇੱਕ ਟਾਈਮ ਪੀਰੀਅਡ ਦੇ ਬਾਅਦ ਜਿਹੜਾ ਹੌਲੀ ਹੌਲੀ ਇਕਨੋਮੀ ਡਾਊਨ ਆਉਣਾ ਸ਼ੁਰੂ ਹੁੰਦੀ ਤੋ ਇੱਕ ਸਾਈਕਲ ਰਿਪੀਟ ਹੋਏਗਾ ਅਪ ਤੋਂ ਫਿਰ ਡਾਊਨ ਆ ਰਹੀ ਹੈ ਡਾਊਨ ਤੋਂ अगेन ਅਪ ਔਰ ਜ਼ਰੂਰੀ ਨਹੀਂ ਹਰ ਵਾਰ ਇਹ ਜਿਹੜਾ ਸੇਮ ਲੈਵਲ ਤੇ ਬੂਮ ਆਏਗਾ ਸੇਮ ਲੈਵਲ ਤੇ ਡਿਪਰੈਸ਼ਨ ਹੋਏਗਾ ਦੇਖੋ ਸਪੋਜ਼ ਇੱਥੇ ਆ ਲੋਅਰ ਲੈਵਲ ਤੇ ਸੀ ਬੂਮ ਹੁਣ ਅਗਲੀ ਵਾਰ ਡਿਪਰੈਸ਼ਨ ਤੋਂ ਰਿਕਵਰ ਹੋ ਕੇ ਇਕਨੋਮੀ ਹੋਵੇ ਤੋ ਅਪ ਲੈਵਲ ਤੇ ਜਿਹੜਾ ਆ ਉਹ ਬੂਮ ਆ ਗਿਆ ਹੁਣ ਇੱਥੇ ਰਿਕਵਰ ਹੋ ਕੇ ਦੇਖੋ ਜਦੋਂ ਫਿਰ ਬਾਅਦ ਵਿੱਚ ਅਗੇਨ ਇਹ ਸਾਈਕਲ ਰਿਪੀਟ ਹੋਇਆ نیچے ਆਈ ਤਾਂ ਜ਼ਰੂਰੀ ਨਹੀਂ ਆ ਕਿ ਡਿਪਰੈਸ਼ਨ ਪਹਿਲਾਂ ਦੇ ਜਿੰਨਾ ਹੀ ਹੋਵੇ ਹੋ ਸਕਦਾ ਇਹ ਪਹਿਲਾਂ ਦੇ ਨਾਲੋਂ ਇੱਥੇ ਇਹ ਜ਼ਿਆਦਾ ਆ ਇੱਥੇ ਇਹ ਉਹਦੇ ਨਾਲੋਂ ਥੋੜਾ ਅੱਪਰ ਲੈਵਲ ਤੇ ਹੀ ਡਿਪਰੈਸ਼ਨ ਦੀ ਸਿਚੁਏਸ਼ਨ ਆ ਔਰ ਇਹਦੇ ਤੋਂ ਬਾਅਦ ਇਕਨੋਮੀ ਨੇ ਰਿਕਵਰ ਕਰਨਾ ਸ਼ੁਰੂ ਕਰਤਾ ਤੋਂ ਜ਼ਰੂਰੀ ਨਹੀਂ ਆ ਹਰ ਸਾਈਕਲ ਦੇ ਵਿੱਚ ਜਿਹੜਾ ਇਹ ਡਿਪਰੈਸ਼ਨ ਦਾ ਔਰ ਬੂਮ ਦਾ ਜਿਹੜਾ ਲੈਵਲ ਆ ਉਹ ਸੇਮ ਹੋਵੇ ਜਿੱਥੇ ਇਕਨੋਮੀ ਹੈਗੀ ਆ ਤਾਂ ਇਹ ਚੇਂਜ ਅਲੱਗ-ਅਲੱਗ ਹੋ ਸਕਦਾ ਬਟ ਇੱਕ ਸਾਈਕਲ ਰਿਪੀਟ ਹੋ ਰਿਹਾ ਆ ਕਿ ਬੂਮ ਤੋਂ ਰਿਸੈਸ਼ਨ ਰਿਸੈਸ਼ਨ ਤੋਂ ਡਿਪਰੈਸ਼ਨ ਦੈਨ ਰਿਕਵਰੀ ਦਾ ਪ੍ਰੋਸੀਜਰ ਟਿਕ ਸਾਈਕਲ ਔਰ ਇਹ ਸਾਈਕਲ ਨੂੰ ਪੂਰਾ ਹੋਣ ਦੇ ਲਈ ਇੱਕ ਲੰਮਾ ਸਮਾਂ ਲੱਗਦਾ ਆ ਇਹ ਕੋਈ 1 2 4 ਸਾਲ ਦੇ ਵਿੱਚ ਸਾਈਕਲ ਪੂਰਾ ਨਹੀਂ ਹੁੰਦਾ ਦੈਨ ਅਸੀਂ ਅਗਰ ਇਰੈਟਿਕ ਵੇਰੀਏਸ਼ਨਸ ਦੀ ਗੱਲ ਕਰੀਏ ਤਾਂ ਇਰੈਟਿਕ ਵੇਰੀਏਸ਼ਨਸ ਦਾ ਮਤਲਬ ਇਰੈਟਿਕ ਵੇਰੀਏਸ਼ਨਸ ਜਾਂ ਇਰੈਗੂਲਰ ਵੇਰੀਏਸ਼ਨ ਦਾ ਮਤਲਬ ਹੈ ਅਚਾਨਕ ਜਿਹੜੀਆਂ ਕੁਝ ਚੀਜ਼ਾਂ ਸਡਨ ਚੇਂजेस ਦੀ ਵਜ੍ਹਾ ਦੇ ਨਾਲ ਕੋਈ ਚੇਂਜ ਦੇਖ ਰਹੇ ਹਾਂ ਅਸੀਂ ਡਾਟਾ ਦੇ ਵਿੱਚ ਜਿੱਦਾਂ ਹੁਣ ਕੋਵਿਡ ਦੀ ਸਿਚੁਏਸ਼ਨ ਆ ਤਾਂ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਚੀਜ਼ਾਂ ਦੀ ਜਿਹੜੀ ਸਪਲਾਈ ਆ ਉਹਦੇ ਵਿੱਚ ਕਾਫੀ ਦੇਖਿਆ ਕਿ ਰੁਕਾਵਟ ਹੋਈ ਆ ਤੇ ਔਰ ਸਪਲਾਈ ਜਿਹੜੀ ਉਹ ਕਿਹਨਾਂ ਕਾਰਨ ਕਰਕੇ ਕੋਈ ਅਚਾਨਕ ਇਦਾਂ ਦੀ ਕੋਈ ਸੜਨ ਇਦਾਂ ਦਾ ਚੇਂਜ ਆਇਆ ਇਕਨੋਮੀ ਦੇ ਵਿੱਚ ਕੋਈ ਅਰਥ ਕੋਈ ਇੱਕ ਆ ਗਿਆ ਇਕਦਮ ਕੋਈ ਫੈਕਟਰੀਸ ਤਬਾਹ ਹੋ ਗਈਆਂ ਜਾਂ ਕੋਈ ਪ੍ਰੋਡਕਸ਼ਨ ਲਾਈਨ ਜਿਹੜੀ ਆ ਉਹ ਖਰਾਬ ਹੋ ਗਈ ਜਿਹਦੀ ਵਜ੍ਹਾ ਦੇ ਨਾਲ ਕਿ ਇਕਦਮ ਜਿਹੜਾ ਉਹ ਟ੍ਰੈਂਡ ਚੇਂਜ ਹੋ ਗਿਆ ਪ੍ਰੋਡਕਸ਼ਨ ਪ੍ਰੋਡਕਸ਼ਨ ਜਿਹੜੀ ਆ ਪਹਿਲਾਂ ਦੇ ਮੁਕਾਬਲੇ ਇੱਕਦਮ ਡਿਕਰੀਸ ਹੋ ਗਈ। ਤੋਂ ਇਹਦਾ ਇਸ ਤਰ੍ਹਾਂ ਦੇ ਇਰੈਗੂਲਰ ਔਰ ਇਰੈਟਿਕ ਵੇਰੀਏਸ਼ਨਸ ਵੀ ਇਕਨੋਮੀ ਦੇ ਵਿੱਚ ਜਾਂ ਅਸੀਂ ਦੇਖ ਸਕਦੇ ਹਾਂ ਜੇ ਦੀ ਵਜ੍ਹਾ ਤੇ ਨਾਲ ਫਿਰ ਟਾਈਮ ਸੀਰੀਜ਼ ਜਿਹੜੀ ਆ ਸਾਡੇ ਕੋਲ ਉਸ ਤਰ੍ਹਾਂ ਦੀ ਵੇਰੀਏਸ਼ਨ ਨੂੰ ਸ਼ੋਅ ਕਰਦੀ ਆ। ਸੋ ਨੈਕਸਟ ਅਸੀਂ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਕਿ ਇਹ ਟਾਈਮ ਸੀਰੀਜ਼ ਜਿਹੜੀ ਹੈਗੀ ਆ ਉਹਦੇ ਮੈਜ਼ਰਮੈਂਟਸ ਕੀ ਹੈਗੇ ਆ ਉਹਨਾਂ ਜਾਂ ਮੈਥਡਸ ਇਹਨੂੰ ਅਸੀਂ ਕਹਿ ਸਕਦੇ ਆ। ਤੋਂ ਉਹ ਮੈਜ਼ਰਮੈਂਟਸ ਟ੍ਰੈਂਡ ਦੇ ਟ੍ਰੈਂਡ ਨੂੰ ਚੈੱਕ ਕਰਨਾ ਅਸੀਂ ਕਿ ਕੀ ਚੇਂਜਸ ਆਈਆਂ ਕਿੰਨੀ ਚੇਂਜ ਆ ਰਹੀ ਹੈ ਉਹਦੇ ਬਾਰੇ ਅਸੀਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ